ਪਾਇੰਦਰਿਆ ਯੂਕੇ ਦੇ ਸਟੂਡੀਓ 'ਚ ਤੁਹਾਡਾ ਹਾਰਦਿਕ ਸਵਾਗਤ ਹੈ ਤੇ ਤੁਸੀਂ ਸੁਣ ਰਹੇ ਹੋ ਜੋਗੀ ਉੱਤਰ ਪਹਾੜੋਂ ਆਏ ਨਾਵਲ ਦਾ ਅੱਜ 11ਵਾਂ ਕਾਂਡ। ਨਾਵਲਕਾਰ ਸ਼ਿਵਚੰਦ ਜੱਗੀ ਖੁੱਸਾ ਲਿਖਦੇ ਨੇ ਕਿ ਜੰਗੀ ਪੱਧਰ ਤੇ ਬੁਢਾਪੇ ਵੱਲ ਨੂੰ ਤੁਰਿਆ ਜਾ ਰਿਹਾ ਪਤੀ ਦੇਵ ਜੀਤੀ ਤੇ ਗੱਲ ਗੱਲ ਤੇ ਸ਼ੱਕ ਕਰਦਾ, ਚਾਹੇ ਉਹਦਾ ਕੋਈ ਕਸੂਰ ਵੀ ਨਾ ਨਿਕਲਦਾ, ਪਰ ਆਪਣਾ ਦਬਦਬਾ ਕਾਇਮ ਰੱਖਣ ਵਾਸਤੇ ਉਹਨੂੰ ਬਿਨਾਂ ਕਾਰਨ ਤੋਂ ਹੀ ਕੁੱਟ ਨਾਲ ਪਿੰਜ ਧਰਦਾ। ਜਦ ਉਹਨੂੰ ਕੁੱਟਣ ਲਈ ਕੋਈ ਬਹਾਨਾ ਨਾ ਸੋਚਦਾ ਤਾਂ ਤੂੰ ਗੁਆਂਢੀਆਂ ਦੇ ਮੁੰਡੇ ਨੂੰ ਤਾੜਦੀਆਂ ਆਖ ਕੇ ਡੰਡਾ ਚੁੱਕ ਕੇ ਦਾਲੇ ਹੋ ਜਾਂਦਾ ਤੇ ਤਹਿ ਲਾ ਆਉਂਦਾ। ਸੰਗਰਾਮ ਸਿੰਘ ਬੜਾ ਨਿਰਦਈ ਕਿਸਮ ਦਾ ਬੰਦਾ ਸੀ, ਉਹਦੇ ਪਿੰਡੇ ਤੇ ਨੀਲ ਪਾ ਕੇ ਵੀ ਸੀ ਨਾ ਕਰਦਾ। ਇੱਕ ਦਿਨ ਕੋਈ ਪਾਰਸਲ ਆ ਗਿਆ, ਘੰਟੀ ਵੱਜਣ ਤੇ ਜੀਤੀ ਨੇ ਦਰਵਾਜ਼ਾ ਖੋਲ੍ਹ ਦਿੱਤਾ। ਚਾਹੇ ਜੀਤੀ ਪੜ੍ਹੀ ਲਿਖੀ ਤੇ ਅੰਗਰੇਜ਼ੀ ਪੱਖੋਂ ਵਾਹਵਾ ਵਾਕਫ ਸੀ, ਪਰ ਗੋਰਿਆਂ ਦੀ ਅੰਗਰੇਜ਼ੀ ਦਾ ਉਚਾਰਨ ਉਹਦੇ ਸਿਰ ਤੋਂ ਦੀ ਲੰਘ ਜਾਂਦਾ। ਉਹ ਪਾਰਸਲ ਬਾਰੇ ਦੀ ਗੋਰੇ ਦੀ ਗੱਲ ਨਾ ਸਮਝ ਸਕੀ। ਸੰਗਰਾਮ ਟੋਇਲਟ 'ਚ ਬੈਠਾ ਸੀ, ਜਦੋਂ ਬਾਹਰ ਆਇਆ ਤਾਂ ਜੀਤੀ ਪਾਰਸਲ ਚੁੱਕੀ ਖੜੀ ਸੀ। ਅਸਲ 'ਚ ਉਹ ਪਾਰਸਲ ਉਹਨਾਂ ਦਾ ਨਹੀਂ, ਗੁਆਂਢੀਆਂ ਦਾ ਸੀ ਤੇ ਗੋਰਾ ਜੀਤੀ ਨੂੰ ਇਹੀ ਸਮਝਾ ਰਿਹਾ ਸੀ ਕਿ ਗੁਆਂਢੀ ਘਰ ਨਹੀਂ ਤੇ ਤੁਸੀਂ ਦਸਖਤ ਕਰਕੇ ਪਾਰਸਲ ਲੈ ਲਵੋ, ਮੈਂ ਸਲਿੱਪ ਲਿਖ ਕੇ ਉਹਨਾਂ ਦੇ ਦਰਵਾਜ਼ੇ ਵੇਚ ਦੀ ਅੰਦਰ ਸੁੱਟ ਦਿੰਦਾ ਤੇ ਉਹ ਆ ਕੇ ਤੁਹਾਡੇ ਕੋਲੋਂ ਪਾਰਸਲ ਲੈ ਲੈਣਗੇ। ਜੇ ਤੁਸੀਂ ਪਾਰਸਲ ਨਾ ਲਿਆ ਤਾਂ ਮੈਨੂੰ ਦੁਬਾਰਾ ਆਉਣਾ ਪਊਗਾ ਤੇ ਮੇਰੀ ਬਾਟ ਪਊਗੀ। ਉਹ ਆਪਣਾ ਟਾਈਮ ਬਚਾਉਣ ਦੀ ਖਾਤਰ ਜੀਤੀ ਤੋਂ ਮਦਦ ਮੰਗ ਰਿਹਾ ਸੀ। ਖੈਰ, ਪੂਰੀ ਤਾਂ ਜੀਤੀ ਨੂੰ ਸਮਝ ਨਹੀਂ ਲੱਗੀ, ਪਰ ਫਿਰ ਵੀ ਉਹਨੇ ਦਸਖਤ ਕਰਕੇ ਪਾਰਸਲ ਲੈ ਲਿਆ। ਕਿਹਦਾ ਇਹ ਪਾਰਸਲ? ਸੰਗਰਾਮ ਪੌੜੀਆਂ ਉਤਰਿਆ ਆ ਰਿਹਾ ਸੀ। ਪਤਾ ਨਹੀਂ ਕਿਹਦਾ, ਮੈਨੂੰ ਤਾਂ ਪੂਰੀ ਸਮਝ ਨਹੀਂ ਆਈ। ਉਹਦਾ ਮਾਸੂਮ ਚਿਹਰਾ ਆਪਣੀ ਮਿਸਾਲ ਆਪ ਸੀ। ਜਦੋਂ ਤੈਨੂੰ ਪਤਾ ਹੀ ਨਹੀਂ ਤੇ ਫਿਰ ਲਿਆ ਭੈਣ, ਇੱਥੋਂ ਗਾਲ ਨਿਕਲ ਚੱਲੀ ਸੀ। ਉਹਨੇ ਜੀਤੀ ਨੂੰ ਧੇ ਤੇ ਕੁੱਟਣਾ ਸ਼ੁਰੂ ਕਰਤਾ। ਜੀਤੀ ਦੀਆਂ ਚੀਕਾਂ ਸੱਤ ਛੱਤ ਪਾੜਨ ਲੱਗ ਪਈਆਂ। ਤੂੰ ਤਾਂ ਗੁਆਂਢੀਆਂ ਦੇ ਮੁੰਡਿਆਂ ਨਾਲ ਗੱਲ ਕਰਨ ਦਾ ਬਹਾਨਾ ਭਾਲਦੀਆਂ ਕੁੱਤੀਏ, ਵੀ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਕੋਈ ਬਹਾਨਾ ਮਿਲੇ ਤੇ ਮੈਂ ਲੋਕਾਂ ਦੇ ਮੁੰਡਿਆਂ ਨਾਲ ਠਰਕ ਭੋਰਾਂ। ਉਹਨੇ ਇੱਕ ਝੁੱਟੀ ਹੋਰ ਲਾ ਦਿੱਤੀ ਕੁੱਟਣ ਦੀ। ਜੀਤੀ ਫਰਸ਼ ਤੇ ਪਈ ਝੁੱਕੀ ਜਾ ਰਹੀ ਸੀ, ਉਹਦੇ ਨੱਕ ਵਿੱਚੋਂ ਖੂਨ ਦੀ ਧਾਰ ਵਗ ਰਹੀ ਸੀ। ਜਦ ਸੰਗਰਾਮ ਉਹਨੂੰ ਕੁੱਟਦਾ ਤਾਂ ਉਹਨੂੰ ਦੀਪ ਜੀ ਹੋਰ ਵੀ ਯਾਦ ਆਉਂਦੇ ਤੇ ਆਪਣੇ ਮਾਂ ਬਾਪ ਪ੍ਰਤੀ ਘਿਰਨਾ ਹੋਰ ਵੱਧ ਜਾਂਦੀ। ਇੱਕ ਵਾਰ ਦੀਪ ਉਹਦੇ ਨਾਲ ਲੜ ਪਿਆ ਸੀ, ਜੀਤੀ ਦੇ ਮਨ ਵਿੱਚ ਸੀ ਕਿ ਉਹ ਦੀਪ ਉਹਨੂੰ ਬੁਲਾਉਣਾ ਛੱਡ ਦੂ ਜਾਂ ਗਹਿਣਾ ਛੱਡ ਕੇ ਪਾਸੇ ਹੋ ਜੂ, ਪਰ ਉਹ ਦਿਨ ਕਦੇ ਨਾ ਆਇਆ। ਉਹ ਹਰ ਰੋਜ਼ ਸੋਚਦੀ ਕਿ ਦੀਪ ਜੀ ਕਿਨਾਰਾ ਕਰਨ ਦਾ ਇਸ਼ਾਰਾ ਜਾਂ ਫੈਸਲਾ ਮੈਨੂੰ ਕਦੇ ਵੀ ਸੁਣਾ ਸਕਦੇ ਨੇ, ਪਰ ਨਾ ਤਾਂ ਦੀਪ ਦੇ ਦਿਲ ਵਿੱਚ ਕੋਈ ਗੱਲ ਸੀ ਤੇ ਨਾ ਹੀ ਉਹ ਜੀਤੀ ਨੂੰ ਕਦੇ ਛੱਡ ਸਕਦਾ ਸੀ। ਜਦ ਦੀਪ ਨਾਲ ਉਹਦੇ ਹਾਲਾਤ ਆਮ ਵਰਗੇ ਹੋਏ ਤਾਂ ਦੀਪ ਨੇ ਜੀਤੀ ਨੂੰ ਆਖਿਆ, ਕਿਸੇ ਨੇ ਕਿਹਾ ਕਿ ਤੁਹਾਡੇ ਬੁੱਲ ਤੁਹਾਡੇ ਦਿਲ ਦਾ ਰਸਤਾ ਦੱਸਦੇ ਨੇ, ਹੁਣ ਮੈਨੂੰ ਇਹ ਮਹਿਸੂਸ ਹੁੰਦਾ ਕਿ ਹੁਣ ਤੂੰ ਮੇਰੀ ਨਹੀਂ ਮੇਰੇ ਫੈਸਲੇ ਦੀ ਉਡੀਕ ਕਰਦੀ ਹੈ ਕਿ ਕਦੋਂ ਫੈਸਲਾ ਆਵੇ ਤੇ ਕਦੋਂ ਮੈਂ ਸਪੀਡ ਫੜਾਂ। ਨਾਲੇ ਤੈਨੂੰ ਪਤਾ ਵੀ ਆਪਾਂ ਇੱਕ ਦੂਜੇ ਤੋਂ ਬਿਨਾਂ ਜੀ ਨਹੀਂ ਸਕਦੇ। ਹੁਣ ਉਹਨੂੰ ਦੀਪ ਜੀ ਦੇ ਕਹੇ ਸ਼ਬਦ ਵਾਰ ਵਾਰ ਯਾਦ ਆਉਂਦੇ। ਉਹਨੂੰ ਜੀ ਨਹੀਂ ਹੋਣਾ ਲਫ਼ਜ਼ ਹਰ ਰੋਜ਼ ਨਹੀਂ ਹਰ ਪਲ ਚੇਤੇ ਆਉਂਦੇ, ਪਰ ਹੋ ਕੀ ਰਿਹਾ ਸੀ ਜੀਤੀ ਸੋਚਦੀ। ਜੀ ਤਾਂ ਹੋ ਰਹੀ ਸੀ ਪਰ ਕਿਸ ਹਾਲਤ 'ਚ? ਜੇ ਦੀਪ ਨਾਲ ਮੇਰਾ ਰਿਸ਼ਤਾ ਜੁੜ ਜਾਂਦਾ ਤਾਂ ਸ਼ਾਇਦ ਉਹ ਮੈਨੂੰ ਫੁੱਲਾਂ ਵਾਂਗ ਰੱਖਦਾ, ਘੱਟੋ ਘੱਟ ਬੁੱਚੜ ਸੰਗਰਾਮ ਵਾਂਗ ਸੂਰਜ ਚੜ੍ਹਨ ਸਾਰ ਕੋਣਾ ਸ਼ੁਰੂ ਤਾਂ ਨਾ ਕਰਦਾ। ਜੀਤੀ ਠੰਡੇ ਫਰਸ਼ 'ਤੇ ਪਈ ਹੋਬਕੀ ਤੇ ਜਾਰੋ ਜਾਰ ਰੋ ਰਹੀ ਸੀ। ਟਿਸ਼ੂ ਨਾਲ ਨੱਕ ਪੂੰਝਦੀ ਉਸ ਖੂਨ ਸਾਫ਼ ਕਰ ਰਹੀ ਸੀ। ਉਹਦੀਆਂ ਅੱਖਾਂ ਹੇਠ ਤੇ ਗੱਲਾਂ ਤੇ ਨੀਲ ਪੈ ਗਈ। ਸਰੀਰਕ ਨੀਲਾਂ ਨੂੰ ਤਾਂ ਕੁਝ ਸਮਝਦੀ ਨਹੀਂ ਸੀ, ਪਰ ਜੋ ਜ਼ਖਮ ਉਹਦੀ ਰੂਹ 'ਤੇ ਰੋਜ਼ ਪੈਂਦੇ ਉਹ ਆਠਣ ਦੀ ਥਾਂ ਦਿਨ ਬ ਦਿਨ ਨਸੂਰ ਬਣਦੇ ਜਾ ਰਹੇ ਸਨ। ਸੰਗਰਾਮ ਉਹਨੂੰ ਬਾਹਰੋਂ ਜਿੰਦਰਾ ਮਾਰ ਕੇ ਪਤਾ ਨਹੀਂ ਕਿੱਧਰ ਤੁਰ ਗਿਆ। ਉਹ ਜਦ ਵੀ ਕਿਤੇ ਜਾਂਦਾ ਜੀਤੀ ਨੂੰ ਅੰਦਰ ਤਾੜ ਕੇ ਬਾਹਰੋਂ ਜਿੰਦਰਾ ਮਾਰ ਜਾਂਦਾ। ਘਰ ਦੀ ਚਾਬੀ ਜੀਤੀ ਕੋਲ ਹੁੰਦੀ ਨਹੀਂ ਸੀ, ਘਰ ਦੀ ਇੱਕੋ ਹੀ ਚਾਬੀ ਸੀ। ਨਿੱਤ ਨਵੇਂ ਸੂਰਜ ਨਾਲ ਸੰਗਰਾਮ ਦਾ ਜ਼ੁਲਮ ਵੱਧਦਾ ਗਿਆ, ਤਸੱਦਦ ਜਾਰੀ ਰਿਹਾ। ਸੰਗਰਾਮ ਬਿਨਾਂ ਗੱਲੋਂ ਜੀਤੀ ਦੇ ਨੱਕ ਵਿੱਚ ਦਮ ਕਰੀ ਰੱਖਦਾ, ਕੁੱਟਣਾ ਮਾਰਨਾ ਤਾਂ ਉਹਦਾ ਆਮ ਵਰਤਾਰਾ ਸੀ। ਇੱਕ ਦਿਨ ਉਹਨਾਂ ਦਾ ਬੋਇਲਰ ਖਰਾਬ ਹੋ ਗਿਆ, ਪਲੰਬਰ ਨੇ ਦੁਪਹਿਰੇ 1 ਵਜੇ ਦਾ ਟਾਈਮ ਦੇ ਦਿੱਤਾ। 2 ਵਜੇ ਤੱਕ ਸੰਗਰਾਮ ਨੇ ਕੰਮ ਕਰਨਾ ਸੀ। ਜਦ 2:30 ਵਜੇ ਸੰਗਰਾਮ ਕੰਮ ਤੋਂ ਆਇਆ ਤਾਂ ਪਲੰਬਰ ਬੋਇਲਰ ਠੀਕ ਕਰਕੇ ਜਾ ਚੁੱਕਿਆ ਸੀ। ਪਲੰਬਰ ਆਇਆ ਸੀ? ਹਾਂ ਆਇਆ ਸੀ, ਜੀਤੀ ਨੇ ਬੜਾ ਸੰਖੇਪ ਉੱਤਰ ਦਿੱਤਾ। ਬੋਇਲਰ ਠੀਕ ਕਰ ਗਿਆ? ਹਾਂ ਕਰ ਗਿਆ। ਕਿੰਨੇ ਕੁ ਵਜੇ ਆਇਆ ਸੀ? 1:45 ਵਜੇ ਆਇਆ ਸੀ। ਕਿੰਨਾ ਕੁ ਚਿਰ ਰਿਹਾ? ਰਿਹਾ ਕੋਈ 1/2 ਘੰਟਾ। ਬੋਲਿਆ ਸੀ ਕੁਛ? ਬੋਲਣਾ ਉਹਨੇ ਕੀ ਸੀ? ਕੋਈ ਦੇਸੀ ਮੁੰਡਾ ਆਇਆ ਸੀ ਜਾਂ ਗੋਰਾ ਸੀ? ਕੋਈ ਪੰਜਾਬੀ ਮੁੰਡਾ ਸੀ। ਕਿੰਨੀ ਕੁ ਉਮਰ ਦਾ ਸੀ? ਹੋਊ ਕੋਈ 25-30 ਸਾਲ ਦਾ। ਸੰਗਰਾਮ ਨੇ ਜੀਤੀ ਨੂੰ ਬੜੇ ਗੌਰ ਨਾਲ ਦੇਖਿਆ। ਇਸ ਤੋਂ ਬਾਅਦ ਸੰਗਰਾਮ ਨੇ ਘਰ ਦਾ ਕੋਨਾ ਕੋਨਾ ਟੋਹ ਮਾਰਿਆ ਕਿ ਉਹਨੂੰ ਕੋਈ ਸਬੂਤ ਲੱਭੇ ਕਿ ਉਸ ਮੁੰਡੇ ਨੇ ਜੀਤੀ ਨਾਲ ਕੋਈ ਹਰਕਤ ਤਾਂ ਨਹੀਂ ਕੀਤੀ। ਇਹ ਜੀਤੀ ਤੇ ਮਾਨਸਿਕ ਤਸੱਦਦ ਦੀ ਅੱਤ ਸੀ।
ਅੱਜ ਮੈਨੂੰ ਇਹ ਦੱਸ ਤੂੰ ਕਹਿਣਾ ਕੀ ਚਾਹੁੰਦਾ, ਨਾਲੇ ਇਹ ਦੱਸ ਵੀ ਤੂੰ ਮੈਨੂੰ ਸਮਝਦਾ ਕੀ ਆ। ਤੂੰ ਸਮਝਦਾ ਮੈਂ ਜਣੇ ਖਣੇ ਨਾਲ ਹੀ ਪੁੱਤਪੁਣਾ ਕਰਦੀ ਆ। ਅੱਜ ਜੀਤੀ ਪਹਿਲੀ ਵਾਰ ਸੰਗਰਾਮ ਅੰਗੇ ਬੋਲੀ ਸੀ। ਸੰਗਰਾਮ ਦਾ ਬੁੱਚੜ ਚਿਹਰਾ ਦੰਗ ਸੀ। ਕੀ ਕਿਹਾ, ਦੁਬਾਰਾ ਬੋਲੀ, ਤੂੰ ਸਮਝਦਾ ਮੈਂ ਕੰਜਰੀ ਆ, ਬਕਾਊ ਮਾਲ ਆ, ਵੀ ਜਿਹੜਾ ਆਊਗਾ ਮੈਨੂੰ ਵਰਤ ਕੇ ਤੁਰਜੂ। ਉਹ ਫੱਟੜ ਛੀਣੀ ਵਾਂਗ ਦਾੜ ਰਹੀ ਸੀ। ਸੰਗਰਾਮ ਦੇ ਦਿਮਾਗ ਦਾ ਖੂਨ ਅੱਖਾਂ ਚ ਉਤਰ ਆਇਆ। ਲੈ ਮਾਰ ਮਾਰ ਬੁੱਚੜਾ, ਬਥੇਰਾ ਮੇਰਾ ਲਹੂ ਪੀਤਾ ਤੂੰ। ਅੱਜ ਤੱਕ ਮੈਂ ਤੇਰੇ ਸਾਹਮਣੇ ਨਹੀਂ ਬੋਲੀ, ਪਰ ਅੱਜ ਤੂੰ ਮੇਰੇ ਸਬਰ ਦਾ ਬੰਨ ਤੋੜ ਦਿੱਤਾ। ਨਾ ਦੱਸ, ਤੂੰ ਮੈਨੂੰ ਕੰਜਰੀ ਸਮਝਦਾ? ਉਹਨੇ ਫੇਰ ਅੱਗ ਉਗਲੀ। ਸੰਗਰਾਮ ਨੇ ਉਹਨੂੰ ਫੇਰ ਬੱਕਰੇ ਵਾਂਗ ਢਾ ਲਿਆ ਤੇ ਲੱਤਾਂ ਮੁੱਕੀਆਂ ਨਾਲ ਉਹਦੀ ਬੇਵਾਹ ਕਰ ਦਿੱਤੀ। ਫਿਰ ਜੀਤੀ ਨੂੰ ਪਤਾ ਨੀ ਕੀ ਕ੍ਰੋਧ ਆਇਆ, ਉਹ ਸੰਗਰਾਮ ਦੇ ਗਲ ਨੂੰ ਚਿੰਬੜ ਗਈ ਤੇ ਆਪਣੀ ਸਮਰੱਥਾ ਅਨੁਸਾਰ ਚਪੇੜਾਂ ਮਾਰ ਦਿੱਤੀਆਂ। ਸੰਗਰਾਮ ਨੇ ਖੂੰਜੇ ਤੋਂ ਡੰਡਾ ਚੁੱਕ ਲਿਆ ਤੇ ਜੀਤੀ ਨੂੰ ਧੇ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਜੀਤੀ ਦੀਆਂ ਚੀਕਾਂ ਉੱਠੀਆਂ ਤਾਂ ਸੁਣ ਕੇ ਗੁਆਂਢੀਆਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਗੁਆਂਢੀ ਨਿੱਤ ਦੇ ਕੰਜਰਖਾਨੇ ਤੋਂ ਤੰਗ ਆਏ ਪਏ ਸਨ। ਗੁਆਂਢ ਨਿੱਤ ਜਿਵਾ ਹੁੰਦੀ ਗਊ ਉਹਨਾਂ ਤੋਂ ਜਰੀ ਨਹੀਂ ਜਾਂਦੀ ਸੀ। ਉਹਨਾਂ ਨੂੰ ਭਲੀ ਭਾਂਤ ਪਤਾ ਸੀ ਕਿ ਗੁਆਂਢ ਹਰ ਰੋਜ਼ ਕੁੜੀ ਤੇ ਤਸ਼ੱਦਦ ਹੋ ਰਿਹਾ, ਪਰ ਚੱਲ ਹੋਊ ਆਖ ਕੇ ਅਗਲੇ ਦਾ ਘਰੇਲੂ ਮਾਮਲਾ ਆਖ ਕੇ ਉਹ ਚੁੱਪ ਕਰੇ ਰਹਿੰਦੇ। ਪਰ ਨਿੱਤ ਦੇ ਕਲੇਸ਼ ਤੋਂ ਦੁਖੀ ਹੋਏ ਅੱਕੇ ਪਏ ਸਨ। ਅੱਜ ਪਾਣੀ ਉਹਨਾਂ ਦੇ ਸਿਰ ਤੋਂ ਵੀ ਵਗ ਗਿਆ ਸੀ। ਜਦ ਵੀ ਉਹਨਾਂ ਨੇ ਜੀਤੀ ਨੂੰ ਦੇਖਿਆ ਸੀ ਉਹਦੇ ਮੂੰਹ ਤੇ ਪਲੱਤਣ ਫਿਰੀ ਦੇਖੀ। ਉਹਦਾ ਪੀਲਾ ਪਿਆ ਚਿਹਰਾ ਬਹੁਤ ਕੁਝ ਬਿਆਨ ਕਰ ਜਾਂਦਾ ਸੀ। ਪੁਲਿਸ ਦੀਆਂ 3 ਗੱਡੀਆਂ ਭੂਤਾਂ ਵਾਂਗ ਆ ਵੱਜੀਆਂ। ਜੀਤੀ ਨੂੰ ਹਸਪਤਾਲ ਭੇਜ ਦਿੱਤਾ ਤੇ ਸੰਗਰਾਮ ਨੂੰ ਘਰੇਲੂ ਹਿੰਸਾ ਕਾਰਨ ਗ੍ਰਿਫਤਾਰ ਕਰਕੇ ਚਾਰਜ ਲਾ ਦਿੱਤਾ। ਜੀਤੀ ਦੇ ਜ਼ਖਮ ਮੂੰਹੋਂ ਬੋਲ ਰਹੇ ਸਨ, ਉਹਨੂੰ ਦੱਸਣ ਦੀ ਬਹੁਤੀ ਲੋੜ ਹੀ ਨਹੀਂ ਸੀ। ਜੀਤੀ ਦੀ ਡਾਕਟਰੀ ਰਿਪੋਰਟ ਪੁਲਿਸ ਨੇ ਫਾਈਲ ਦੇ ਨਾਲ ਨੱਥੀ ਕਰ ਦਿੱਤੀ ਤੇ ਕੇਸ ਅਦਾਲਤ ਦੇ ਸਪੁਰਦ ਕਰ ਦਿੱਤਾ। ਜੀਤੀ ਨੂੰ ਔਰਤ ਸੰਭਾਲੂ ਸੰਸਥਾ ਕੋਲ ਭੇਜ ਦਿੱਤਾ ਤੇ ਸੰਗਰਾਮ ਨੂੰ ਸ਼ਰਤਾਂ ਤੇ ਬੰਨ ਜ਼ਮਾਨਤ ਤੇ ਛੱਡ ਦਿੱਤਾ ਗਿਆ। ਜੀਤੀ 3 ਮਹੀਨਿਆਂ ਤੋਂ ਗਰਭਵਤੀ ਸੀ। ਔਰਤ ਸੰਭਾਲੂ ਸੰਸਥਾ ਨੇ ਉਹਨੂੰ ਗਰਭਪਾਤ ਕਰਾਉਣ ਲਈ ਪੁੱਛਿਆ ਤਾਂ ਜੀਤੀ ਰਾਜੀ ਨਾ ਹੋਈ। ਉਸ ਰਹੀ ਸੋਚ ਰਹੀ ਸੀ ਕਿ ਜੇ ਸੰਗਰਾਮ ਕਸਾਈ ਸੀ, ਬੱਚਾ ਤਾਂ ਮੇਰਾ ਹੀ ਹੈ, ਔਰਤ ਨੂੰ ਕਿਸੇ ਆਸਰੇ ਦੀ ਲੋੜ ਹੁੰਦੀ ਹੈ। ਜੇ ਬੱਚਾ ਸੰਗਰਾਮ ਦਾ ਤਾਂ ਅੱਧਾ ਮੇਰਾ ਵੀ ਹੈ, ਮੈਂ ਬੱਚੇ ਨੂੰ ਜਨਮ ਦੇਊਂਗੀ। ਜੇ ਸੰਗਰਾਮ ਜ਼ਾਲਮ ਹੈ ਤਾਂ ਆਉਣ ਵਾਲੇ ਬੱਚੇ ਦਾ ਤਾਂ ਕੋਈ ਕਸੂਰ ਨਹੀਂ। ਰੱਬ ਦੇ ਜੀ ਨੂੰ ਮੈਂ ਕਿਉਂ ਧੱਕਾਂ? ਮੈਂ ਰੱਬ ਦੀ ਸ਼ਰੀਕ ਕਿਉਂ ਬਣਾ? ਮੈਂ ਰੱਬ ਦੀ ਗੁਨਾਹਗਾਰ ਕਿਉਂ ਬਣਾ? ਮੈਂ ਇਸ ਬੱਚੇ ਨੂੰ ਜਨਮ ਦੇਊਂਗੀ ਮੈਡਮ, ਉਹਨੇ ਸੰਸਥਾ ਵਿੱਚ ਕੰਮ ਕਰਨ ਵਾਲੀ ਇੱਕ ਪੰਜਾਬਣ ਔਰਤ ਨੂੰ ਕਿਹਾ। ਦੇਖ ਲੈ ਜੀਤੀ, ਬੱਚਾ ਜੰਮਣਾ ਤਾਂ ਸੌਖਾ ਹੈ ਪਰ ਪਾਲਣਾ ਬਹੁਤ ਮੁਸ਼ਕਲ ਹੈ, ਤੇ ਉਹ ਵੀ ਪਿਓ ਤੋਂ ਬਿਨਾਂ। ਜਿਹੜੇ ਬੱਚੇ ਮਾਂ ਬਾਪ ਤੋਂ ਬਿਨਾਂ ਪਲ ਕੇ ਵੱਡੇ ਹੁੰਦੇ ਆ ਉਹਨਾਂ ਵਿੱਚ ਦਿਲੀ ਭਾਵਨਾਵਾਂ ਨਹੀਂ ਹੁੰਦੀਆਂ ਜੀਤੀ। ਇੱਕ ਗੱਲ ਹੋਰ ਹੈ, ਉਸ ਔਰਤ ਨੇ ਕਿਹਾ ਤਾਂ ਜੀਤੀ ਨੇ ਅਗਲੀ ਗੱਲ ਲਈ ਅੱਖਾਂ ਉੱਪਰ ਚੁੱਕ ਲਈਆਂ। ਜਦ ਇਹ ਬੱਚਾ ਵੱਡਾ ਹੋ ਕੇ ਕੋਈ ਗਲਤੀ ਕਰਿਆ ਕਰੂਗਾ ਜਾਂ ਤੇਰੀ ਗੱਲ 'ਤੇ ਕੋਈ ਪ੍ਰੋਟੈਸਟ ਕਰਿਆ ਕਰੂਗਾ ਤਾਂ ਤੇਰੇ ਮਨ ਵਿੱਚ ਆਇਆ ਕਰੂ ਕਿ ਜਵਾਕ ਤਾਂ ਇਹ ਉਸੇ ਦਾ ਹੀ ਹੈ, ਖੂਨ ਤਾਂ ਉਸੇ ਦਾ ਹੀ ਹੈ। ਕੁਛ ਵੀ ਹੋਵੇ ਮੈਡਮ, ਮੈਂ ਬੱਚੇ ਨੂੰ ਜਨਮ ਜ਼ਰੂਰ ਦੇਊਂਗੀ। ਠੀਕ ਹੈ, ਲੈ ਫਿਰ ਇੱਥੇ ਸਹਿਣ ਕਰ ਜੀਤੀ, ਮੈਂ ਤੈਨੂੰ ਬੱਚਾ ਨਾ ਜੰਮਣ ਵਾਸਤੇ ਨਹੀਂ ਆਖਦੀ ਸੀ, ਮੈਂ ਤਾਂ ਤੈਨੂੰ ਸੱਚ ਦਾ ਦੂਜਾ ਪਾਸਾ ਦਿਖਾਇਆ ਸੀ ਕਿ ਤੂੰ ਕੱਲ੍ਹ ਨੂੰ ਪਛਤਾਵਾ ਨਾ ਕਰੇ। ਜੀਤੀ ਨੇ ਦਸਖਤ ਕਰ ਦਿੱਤੇ ਤੇ ਉਹ ਔਰਤ ਤੁਰ ਗਈ। ਸੰਗਰਾਮ ਤੇ ਪਾਬੰਦੀ ਸੀ ਕਿ ਉਹ ਜੀਤੇ ਵਾਲੇ ਏਰੀਏ ਵਿੱਚ ਪੈਰ ਤੱਕ ਨਹੀਂ ਪਾ ਸਕਦਾ ਸੀ, ਪਰ ਹੁਣ ਜੀਤੀ ਨਾਲ ਰਾਜੀਨਾਮਾ ਕਰਨਾ ਚਾਹੁੰਦਾ ਸੀ। ਗੱਲ ਉਹਦੇ ਵੀ ਬੱਸੋਂ ਬਾਹਰ ਸੀ, ਉਹਨੂੰ ਕੋਈ ਵਿਚੋਲਾ ਵੀ ਨਹੀਂ ਮਿਲ ਰਿਹਾ ਸੀ ਜਿਸ ਨੂੰ ਵਿੱਚ ਪਾ ਕੇ ਉਹ ਜੀਤੀ ਤੱਕ ਪਹੁੰਚ ਸਕਦਾ। ਪੁਲਿਸ ਨੇ ਉਹ ਸ਼ਰਤਾਂ ਤੇ ਬੰਨਿਆ ਹੋਇਆ ਸੀ, ਜੇ ਉਹ ਸ਼ਰਤਾਂ ਦੀ ਉਲੰਘਣਾ ਕਰਦਾ ਸੀ ਤਾਂ ਜ਼ਮਾਨਤ ਰੱਦ ਕਰਕੇ ਪੁਲਿਸ ਉਹਨੂੰ ਜੇਲ੍ਹ 'ਚ ਭੇਜ ਦੇਣ ਸਕਦੀ ਸੀ। ਕੇਸ ਦਾ ਫੈਸਲਾ ਹੋਣ ਤੱਕ ਸੰਗਰਾਮ ਨੂੰ ਹਿਰਾਸਤ ਵਿੱਚ ਰਹਿਣਾ ਪੈਣਾ ਸੀ। ਇਸ ਗੱਲੋਂ ਉਹ ਡਰਿਆ ਹੋਇਆ ਸੀ। ਉਹਦਾ ਅਗਲਾ ਡਰ ਸੀ ਕਿ ਜੀਤੀ ਨੂੰ ਕੁੱਟਮਾਰ ਕਰਨ ਦੇ ਦੋਸ਼ 'ਚ ਪਤਾ ਨਹੀਂ ਕੀ ਸਜ਼ਾ ਹੋਣੀ ਹੈ। ਉਹ ਹਰ ਰੋਜ਼ ਕੰਮ ਤੋਂ ਆਉਣ ਤੋਂ ਬਾਅਦ ਵਕੀਲਾਂ ਦੇ ਦਫ਼ਤਰਾਂ 'ਤੇ ਗੇੜੇ ਕੱਢਦਾ ਰਹਿੰਦਾ, ਜੇਲ੍ਹ ਦੀ ਸਜ਼ਾ ਉਹਦਾ ਕਾਲਜਾ ਕੱਢਦੀ ਰਹਿੰਦੀ। ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹਨੂੰ ਕੋਈ ਵਿਚੋਲਾ ਨਾ ਮਿਲਿਆ। ਉਹਨੇ ਜੀਤੀ ਤੋਂ ਪਹਿਲੀ ਘਰਵਾਲੀ ਨਾਲ ਵੀ ਬਹੁਤ ਧੱਕੇ ਕੀਤੇ ਸਨ, ਤਸ਼ੱਦਦ ਢਾਇਆ ਸੀ, ਇਸ ਲਈ ਉਹ ਆਪਣੇ ਸ਼ਰੀਕੇ ਕਬੀਲੇ ਨਾਲੋਂ ਇੱਕ ਤਰ੍ਹਾਂ ਟੁੱਟਿਆ ਬੈਠਾ ਸੀ, ਕਿਉਂਕਿ ਰਾਜੀਨਾਮੇ ਦੇ ਬਾਵਜੂਦ ਵੀ ਉਹ ਸੁਧਰਿਆ ਨਹੀਂ ਸੀ ਤੇ ਅਖੀਰ ਗੱਲ ਤਲਾਕ 'ਤੇ ਜਾ ਕੇ ਨਿਕਲੀ ਸੀ। ਹੁਣ ਸ਼ਰੀਕੇ ਵਿੱਚੋਂ ਕੋਈ ਸੰਗਰਾਮ ਨੂੰ ਮੂੰਹ ਨਹੀਂ ਸੀ ਲਾਉਂਦਾ, ਕੋਈ ਰਿਸ਼ਤੇਦਾਰ ਉਹਦੇ ਨਾਲ ਵਰਤਦਾ ਨਹੀਂ ਸੀ। ਪੁਲਿਸ ਦੀਆਂ ਫਾਈਲਾਂ ਵਿੱਚ ਵੀ ਉਹਦਾ ਰਿਕਾਰਡ ਗੰਦਾ ਹੀ ਸੀ, ਸੂਤਾ ਫਸਿਆ ਕੰਧਾਂ ਵਿੱਚ ਵੱਜਦਾ ਫਿਰਦਾ ਸੀ, ਉਹਨੂੰ ਗੱਲ ਸ਼ੁਰੂ ਕਰਨ ਦਾ ਕੋਈ ਸਿਰਾ ਨਹੀਂ ਮਿਲ ਰਿਹਾ ਸੀ, ਸੁੱਕੇ ਪੱਤੇ ਵਾਂਗ ਸੜਕਾਂ 'ਤੇ ਰੁਲਦਾ ਫਿਰਦਾ ਸੀ। ਔਰਤ ਸੰਭਾਲੂ ਸੰਸਥਾ ਵਾਲੇ ਜੀਤੀ ਦਾ ਠੋਕ ਕੇ ਪੱਖ ਲੈ ਰਹੇ ਸਨ, ਪਰ ਦੁਖੀ ਔਰਤਾਂ ਵਿੱਚ ਰਹਿੰਦੀ ਜੀਤੀ ਅਗਲੀਆਂ ਦੀਆਂ ਕਹਾਣੀਆਂ ਸੁਣ ਕੇ ਹੋਰ ਦੁਖੀ ਹੋ ਜਾਂਦੀ। ਪਰ ਇੱਕ ਗੱਲ ਦਾ ਜੀਤੀ ਨੂੰ ਫਾਇਦਾ ਵੀ ਹੋਇਆ ਸੀ ਕਿ ਉਹਦੀ ਅੰਗਰੇਜ਼ੀ ਨਿਖਰਨੀ ਸ਼ੁਰੂ ਹੋ ਗਈ ਸੀ, ਉਹਨੂੰ ਅੰਗਰੇਜ਼ੀ ਦੀ ਪੂਰੀ ਸਮਝ ਵੀ ਆਉਣ ਲੱਗ ਪਈ ਸੀ। ਲੋੜ ਕਾਢ ਦੀ ਮਾਂ ਹੁੰਦੀ ਹੈ, ਹੁਣ ਉਹਨੂੰ ਗੱਲ ਸਮਝਣ ਅਤੇ ਸਮਝਾਉਣ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਉਂਦੀ।
ਅੰਗਰੇਜ਼ੀ ਦੀ ਕੁਝ ਤਾਂ ਉਹ ਕਾਲਜ ਤੋਂ ਹੀ ਜਾਣੂ ਸੀ, ਪਰ ਅੰਗਰੇਜ਼ੀ ਨਾਲ ਵਾਹ ਪੈਣ ਤੇ ਉਹਨੂੰ ਅੰਗਰੇਜ਼ੀ ਵਿੱਚ ਨਿਖਾਰ ਆਉਣਾ ਕੁਦਰਤੀ ਗੱਲ ਸੀ। ਨਲਕੇ ਵਿੱਚ ਉੱਪਰੋਂ ਪਾਣੀ ਪਾ ਕੇ ਹੇਠਲਾ ਪਾਣੀ ਕੱਢਣ ਵਾਂਗ ਉਹਦੀ ਉੱਪਰਲੀ ਤੇ ਹੇਠਲੀ ਅੰਗਰੇਜ਼ੀ ਰਲ ਕੇ ਇੱਕ ਬਹਾਅ ਬਣ ਗਿਆ ਸੀ। ਬੋਲ ਚਾਲ ਵਿੱਚ ਉਹ ਵਾਹਵਾ ਰਮਾ ਹੋ ਗਈ ਸੀ। ਅਦਾਲਤ ਦੀ ਪਹਿਲੀ ਪੇਸ਼ੀ 'ਚ ਸੰਗਰਾਮ ਨੂੰ ਮਹਿਸੂਸ ਹੋ ਗਿਆ ਸੀ ਕਿ ਜੱਜ ਉਹਦਾ ਤੇ ਜੀਤੀ ਦਾ ਤਲਾਕ ਦਾ ਫੈਸਲਾ ਕਰ ਦੂ। ਇਹ ਗੱਲ ਸੰਗਰਾਮ ਨੂੰ ਝੋਰਾ ਬਣ ਕੇ ਖਾਂਦੀ ਰਹਿੰਦੀ। 50 ਸਾਲ ਦੇ ਨੇ ਜਾ ਕੇ ਦੂਜਾ ਵਿਆਹ ਕਰਵਾਇਆ ਸੀ, ਹੁਣ ਇਹ ਤੋੜ ਵੀ ਨਾ ਚੜਿਆ। ਹੁਣ ਤੈਨੂੰ ਕਿਸੇ ਨੇ ਸਕੀ ਧੀ ਦਾ ਰਿਸ਼ਤਾ ਨਹੀਂ ਦੇਣਾ ਸੰਗਰਾਮ ਸਿਆਂ, ਇਹ ਜੋ ਕੁਛ ਹੋਇਆ ਤੇਰੀਆਂ ਕਰਤੂਤਾਂ ਕਰਕੇ ਹੋਇਆ। ਉਹ ਸੋਚ ਸੋਚ ਖਤਮ ਹੁੰਦਾ ਰਹਿੰਦਾ। ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਭਾਈਚਾਰੇ ਵਿੱਚ ਜਿਹੜੀ ਅੱਗੇ ਮਿੱਟੀ ਪੁੱਟੀ ਜਾ ਰਹੀ ਸੀ ਉਹ ਤਾਂ ਸੀ, ਹੁਣ ਜੀਤੀ ਦੇ ਕੇਸ ਕਾਰਨ ਉਹਦੀ ਰਹਿੰਦੀ ਖੁੰਹਦੀ ਮਿੱਟੀ ਵੀ ਪਲੀਤ ਹੋ ਜਾਣੀ ਹੈ। ਅਦਾਲਤ ਦੀ ਅਗਲੀ ਪੇਸ਼ੀ ਤੇ ਪਹਿਲਾਂ ਵਕੀਲ ਰਾਹੀਂ ਇੱਕ ਮੁਆਫ਼ੀਨਾਮਾ ਲਿਖ ਕੇ ਜੱਜ ਨੂੰ ਭਜਵਾ ਦਿੱਤਾ, ਆਪਣੀ ਗਲਤੀ ਮੰਨ ਲਈ ਤੇ ਮੁਆਫ਼ੀਨਾਮੇ ਵਿੱਚ ਅੱਗੇ ਤੋਂ ਇਹ ਗਲਤੀ ਨਾ ਦੁਹਰਾਉਣ ਲਈ ਪ੍ਰਣ ਵੀ ਕੀਤਾ। ਪਰ ਪੇਸ਼ੀ ਤੇ ਜੀਤੀ ਪੱਖ ਦੇ ਵਕੀਲ ਨੇ ਸੰਗਰਾਮ ਦੀ ਪਹਿਲੀ ਘਰਵਾਲੀ ਦਾ ਦਖਾਂਤ ਵੀ ਜੱਜ ਸਾਹਮਣੇ ਲਿਆ ਰੱਖਿਆ ਤੇ ਸੰਗਰਾਮ ਦੇ ਖਿਲਾਫ਼ ਕਈ ਦਲੀਲਾਂ ਰੱਖਤੀਆਂ। ਜੱਜ ਨੇ ਫੈਸਲਾ ਜੀਤੀ 'ਤੇ ਹੀ ਸੁੱਟ ਦਿੱਤਾ ਤੇ ਪੇਸ਼ੀ 2 ਹਫ਼ਤੇ 'ਤੇ ਪਾ ਦਿੱਤੀ। ਔਰਤ ਸੰਭਾਲੂ ਸੰਸਥਾ ਜੀਤੀ ਨੂੰ ਤਲਾਕ ਦੇਣ ਲਈ ਹੱਲਾਸ਼ੇਰੀ ਦੇ ਰਹੀ ਸੀ। ਉਹਨਾਂ ਦੇ ਕਹਿਣ ਦੇ ਤਜਰਬੇ ਅਨੁਸਾਰ ਅਜਿਹੇ ਗੁੱਸੇਖੋਰੇ ਤੇ ਈਰਖਾਲੂ ਮਨੁੱਖ ਸੁਧਰ ਨਹੀਂ ਸਕਦੇ। ਜੀਤੀ ਅਤਿਅੰਤ ਮਾੜੀ ਸਥਿਤੀ ਵਿੱਚ ਫਸੀ ਹੋਈ ਸੀ। ਹੁਣ ਉਹ ਕਿਧਰੇ ਕੋਈ ਰਸਤਾ ਨਹੀਂ ਦਿਖ ਰਿਹਾ ਸੀ। ਚਾਰੇ ਪਾਸੇ ਹਨੇਰ ਗੁਬਾਰ ਹੀ ਨਜ਼ਰ ਆਉਂਦਾ ਸੀ। ਉਹ ਸੋਚ ਰਹੀ ਸੀ ਕਿ ਸੰਗਰਾਮ ਮੇਰੇ ਬੱਚੇ ਦਾ ਬਾਪ ਬਣਨ ਵਾਲਾ, ਜੇ ਮੈਂ ਸੰਸਥਾ ਦੇ ਪਿੱਛੇ ਲੱਗ ਕੇ ਉਹਨੂੰ ਤਲਾਕ ਦੇ ਵੀ ਦੇਵਾਂ, ਹੋਰ ਵਿਆਹ ਕਰਵਾ ਵੀ ਲਵਾਂ, ਜ਼ਰੂਰੀ ਨਹੀਂ ਕਿ ਅਗਲਾ ਮਰਦ ਵੀ ਸ਼ਰੀਫ ਹੀ ਮਿਲੂ ਤੇ ਮੇਰੇ ਹੋਣ ਵਾਲੇ ਬੱਚੇ ਲਈ ਬਾਪ ਦਾ ਚੰਗਾ ਰੋਲ ਨਿਭਾਓ, ਚਾਹੇ ਚੰਗਾ ਚਾਹੇ ਮਾੜਾ। ਸੰਗਰਾਮ ਮੇਰੇ ਬੱਚੇ ਦਾ ਪਿਓ ਹੈ, ਜਦ ਬੱਚਾ ਹੋ ਗਿਆ ਸ਼ਾਇਦ ਇਹਦਾ ਸੁਭਾਅ ਬਦਲ ਜੇ। ਉਹਨੇ ਆਪਣੇ ਵਕੀਲ ਨਾਲ ਗੱਲ ਕੀਤੀ। ਪਹਿਲੇ ਵਿਆਹ ਤੋਂ ਸੰਗਰਾਮ ਦੇ ਕਿੰਨੇ ਬੱਚੇ ਸੀ ਵਕੀਲ ਸਾਹਿਬ? 3। ਉਹਨੇ 3 ਉਂਗਲਾਂ ਖੜੀਆਂ ਕਰਕੇ ਬੜੇ ਸੰਖੇਪ ਲਹਿਜੇ 'ਚ ਉੱਤਰ ਦਿੱਤਾ। ਜਿੱਤੀ ਤੰਗ ਰਹਿ ਗਈ ਤੇ ਸੰਗਰਾਮ ਨੇ ਤਾਂ ਕਦੇ ਇੱਕ ਦਾ ਜ਼ਿਕਰ ਵੀ ਨਹੀਂ ਕੀਤਾ। ਜਦ ਸੰਗਰਾਮ ਆਪਣੇ ਪਹਿਲੇ 3 ਬੱਚਿਆਂ ਪ੍ਰਤੀ ਲਾਪਰਵਾਹ ਸੀ, ਜ਼ਰੂਰੀ ਨਹੀਂ ਕਿ ਉਹ ਆਪਣੇ ਮੇਰੇ ਆਉਣ ਵਾਲੇ ਬੱਚੇ ਵੀ ਲਈ ਵੀ ਪਰਵਾਹੀ ਜਾਂ ਇਮਾਨਦਾਰੀ ਦਿਖਾਵੇ। ਉਹ ਸੋਚਣ ਦੀਆਂ ਘੁੰਮਣ ਘੇਰੀਆਂ 'ਚ ਗੋਤੇ ਖਾ ਰਹੀ ਸੀ। ਤੁਹਾਨੂੰ ਮੈਂ ਇੱਕ ਗੱਲ ਕਹੂੰਗਾ, ਵਕੀਲ ਨੇ ਉਹਨੂੰ ਸੋਚਾਂ ਦੇ ਸਾਗਰ ਵਿੱਚੋਂ ਬਾਹਰ ਧੂਲਿਆ। ਜੀਤੀ ਨੇ ਅੱਖਾਂ ਉੱਪਰ ਚੁੱਕੀਆਂ। ਝਗੜਾਲੂ ਵਿਅਕਤੀ ਦੇ ਬੰਦੇ ਕਦੇ ਨਹੀਂ ਸੁਧਰ ਸਕਦੇ। ਉਹ ਥੋੜੀ ਦੇਰ ਲਈ ਸੁਧਰਨ ਦਾ ਢੌਂ ਕਰਦੇ ਨੇ, ਪਰ ਜ਼ਿੰਦਗੀ ਵਿੱਚ ਸੁਧਰ ਕਦੇ ਨਹੀਂ ਸਕਦੇ। ਉਹਨਾਂ ਦੀ ਝਗੜਨ ਤੇ ਕੁੱਟਣ ਮਾਰਨ ਦੀ ਆਦਤ ਇੰਨੀ ਪੱਕ ਚੁੱਕੀ ਹੁੰਦੀ ਹੈ ਕਿ ਚਾਹੁੰਦੇ ਹੋਏ ਵੀ ਆਪਣੀ ਵਿਅਕਤੀ ਨਹੀਂ ਬਦਲਦੇ। ਤੁਸੀਂ ਜੇ ਚਿੱਤੀ ਛੱਡ ਕੇ ਉਹਨੂੰ ਤਲਾਕ ਲੈ ਲਵੋ ਸੌਖੇ ਹੋ ਜਾਓਗੇ। ਕੀ ਉਮਰ ਹੈ ਜੀ ਤੁਹਾਡੀ? ਬਥੇਰੇ ਮੁੰਡੇ ਤੁਹਾਨੂੰ ਤੁਹਾਡੀ ਉਮਰ ਦੇ ਮਿਲ ਜਾਣਗੇ। ਤੁਹਾਡੇ ਅੱਗੇ ਪਹਾੜ ਜਿਗਦੀ ਜ਼ਿੰਦਗੀ ਖੜੀ ਹੈ, ਉਹਨੂੰ ਮੰਨਣਾ ਸਿੱਖੋ। ਤੇ ਵਕੀਲ ਚਲਿਆ ਗਿਆ। ਜੀਤੀ ਅਤੇ ਸੰਸਥਾ ਦੀ ਨਿਗਰਾਨੀ ਹੇਠ ਰਹਿ ਰਹੀ ਸੀ। ਸ਼ਾਮ ਨੂੰ ਜੀਤੀ 40 ਸਾਲ ਦੀ ਉਮਰ ਦੀ ਹਰਪਾਲ ਕੌਰ ਕੋਲ ਬੈਠੀ ਸੀ। ਹਰਪਾਲ ਤਕਰੀਬਨ 1 ਮਹੀਨੇ ਤੋਂ ਇਸ ਸੰਸਥਾ ਆਸਰੇ ਦਿਨ ਕੱਟੀ ਕਰ ਰਹੀ ਸੀ। ਉਹਦਾ ਕੇਸ ਵੀ ਜੀਤੀ ਨਾਲੋਂ ਹਟਵਾਉਂਦੇ ਸੀ। ਇਸ ਸੰਸਥਾ ਦੀ ਨਿਗਰਾਨੀ ਵਿੱਚ ਰਹਿਣ ਵਾਲੀ ਤਕਰੀਬਨ ਹਰ ਔਰਤ ਦੀ ਕਰੀਬ ਕਰੀਬ ਇੱਕੋ ਕਹਾਣੀ ਸੀ। ਇੱਕ ਗੱਲ ਦੱਸਦੀ ਹਾਂ ਜੀਤੀ, ਹਰਪਾਲ ਨੇ ਲੰਮਾ ਸਾਹ ਲੈ ਕੇ ਗੱਲ ਸ਼ੁਰੂ ਕੀਤੀ। ਇਹ ਸੰਸਥਾ ਵਾਲੇ ਗੱਲਾਂ ਕਰਦੇ ਆ ਬ੍ਰਿਟਿਸ਼ ਕਾਨੂੰਨ ਦੀਆਂ ਤੇ ਆਪਾਂ ਵਸਣਾ ਆਪਣੇ ਦੇਸੀ ਭਾਈਚਾਰੇ 'ਚ। ਅਸੀਂ ਜਿੰਨੀਆਂ ਮਰਜ਼ੀ ਅਗਾਂਹ ਵਧੂ ਬਣੀਆਂ ਫਿਰੀਏ, ਜਿਉਣਾ ਸਾਨੂੰ ਆਪਣੇ ਲੋਕਾਂ 'ਚ ਹੀ ਪੈਣਾ, ਰਹਿਣਾ ਅਸੀਂ ਆਪਣੇ ਭਾਈਚਾਰੇ 'ਚ ਹੀ ਹੈ ਤੇ ਆਪਣਾ ਭਾਈਚਾਰਾ ਤਲਾਕ ਨੂੰ ਪ੍ਰਵਾਨ ਨਹੀਂ ਕਰਦਾ। ਜਿੱਥੇ ਵੀ ਕਿਤੇ ਪਾਰਟੀ ਵਗੈਰਾ ਜਾਏਗੀ ਨਾ ਜਾਂ ਕਿਸੇ ਫੰਕਸ਼ਨ 'ਚ ਜਾਏਗੀ ਤਾਂ ਤੇਰੇ ਦੁਖਾਂਤ ਤੇਰੀਆਂ ਝੱਲੀਆਂ ਮਾਨਸਿਕ ਪੀੜਾਂ ਦਾ ਕਿਸੇ ਨੇ ਜ਼ਿਕਰ ਨਹੀਂ ਕਰਨਾ। ਤੇਰੇ ਵੱਲ ਦੇਖ ਕੇ ਇੱਕ ਦੂਜੀ ਦੇ ਕੰਨ 'ਚ ਕਾਨਾ ਫੋਸੀ ਕਰਨੀਆਂ ਤੇ ਕਹਿਣੀਆਂ ਉਹ ਆਉਂਦੀ ਹੈ ਛੁੱਟੜ। ਸੌਣ ਕੇ ਔਰਤ ਦਾ ਮਰਨ ਹੋ ਜਾਂਦਾ, ਆਪਣਾ ਸਮਾਜ ਗੱਲੀ ਬਾਤੀ ਲੱਖ ਅਗਾਂਹ ਵਧੂ ਬਣਿਆ ਫਿਰੇ, ਪਰ ਜਿੱਥੇ ਵੀ ਜਾਏਗੀ ਛੁੱਟੜ ਦਾ ਫੱਟਾ ਲੈ ਕੇ ਨਾਲ ਜਾਏਗੀ। ਤੇ ਤੇਰੇ ਤੇ ਇੱਕ ਵਾਰ ਤਲਾਕਸ਼ੁਦਾ ਦਾ ਲੈਵਲ ਲੱਗ ਗਿਆ ਤਾਂ ਮੇਰੀ ਗੱਲ ਯਾਦ ਰੱਖੀ, ਜਾਂ ਤਾਂ ਲੋਕਾਂ 'ਚ ਜਾਣਾ ਛੱਡ ਦੇਗੀ ਤੇ ਜਾਂ ਉਹ ਜਿਹੀਆਂ ਗੱਲਾਂ ਸੁਣ ਕੇ ਪਰਵਾਹ ਕਰਨੀ ਛੱਡ ਦੇਵੇਂ। ਤਲਾਕ ਲੈਣ ਤੋਂ ਬਾਅਦ ਆਪਣੇ ਸਮਾਜ ਵਿੱਚ ਵਿਚਰਨਾ ਇੱਕ ਕਲੰਕ ਬਣ ਜਾਂਦਾ ਭੈਣ ਮੇਰੀਏ, ਇਸ ਲਈ ਤਲਾਕ ਲੈਣ ਤੋਂ ਪਹਿਲਾਂ ਇੱਕ ਵਾਰ ਸੋਚ ਲਈ। ਜੀਤੀ ਸਾਹ ਰੋਕੀ ਸੁਣ ਰਹੀ ਸੀ। ਮੇਰੇ ਘਰ ਵਾਲਾ ਕਸਾਈ ਬੰਦਾ ਹੈ, ਉਹਨੂੰ ਕਮਲ ਪੁਣੇ ਦਾ ਦੌਰਾ ਜਿਹਾ ਪੈਂਦਾ, ਉਹਨੂੰ ਝੱਲ ਪੁਣੇ ਦੀ ਬਿਮਾਰੀ ਹੈ, ਮੇਰੀ ਮੁੱਟਮਾਰ ਕਰਨੀ ਤਾਂ ਉਹਦਾ ਆਮ ਵਰਤਾਰਾ ਹੈ, ਕਈ ਵਾਰ ਚਾਕੂ ਲੈ ਕੇ ਮੈਨੂੰ ਮਾਰਨ ਵੀ ਪਿਆ। ਜਦੋਂ ਦੌਰਾ ਪੈਂਦਾ ਸੜਕਾਂ 'ਤੇ ਭੱਜਿਆ ਫਿਰਦਾ ਅਤੇ ਜਿਹੜਾ ਮਿਲਦਾ ਉਹਨੂੰ ਕੁੱਟ ਧਰਦਾ। ਪੁਲਿਸ ਨਹੀਂ ਕੁਛ ਕਰਦੀ? ਕੁਛ ਨਹੀਂ ਕਰਦੀ ਪੁਲਿਸ, ਪਹਿਲੀ ਗੱਲ ਤਾਂ ਪੁਲਿਸ ਉਹਨੂੰ ਛੇੜਦੀ ਨਹੀਂ ਅਤੇ ਜੇ ਬਹੁਤਾ ਰੌਲਾ ਪਾਈਏ ਤਾਂ ਫੜ ਕੇ ਛੱਡ ਦਿੰਦੀ ਹੈ। ਗੱਲ ਮੈਂ ਹੋਰ ਸੁਣਾਉਣ ਲੱਗੀ ਸੀ। ਇੱਕ ਦਿਨ ਮੈਂ ਮੇਰੀਆਂ ਸਹੇਲੀਆਂ ਨਾਲ ਕਿਸੇ ਫੰਕਸ਼ਨ ਚਲੀ ਗਈ, ਉੱਥੇ ਮੇਰੀਆਂ ਸਹੇਲੀਆਂ ਨਾਲ ਕਿਸੇ ਗੱਲੋਂ ਮੈਂ ਵੀ ਉੱਚੀ ਉੱਚੀ ਹੱਸਣ ਲੱਗ ਗਈ ਅਤੇ ਮੇਰੀ ਸਹੇਲੀ ਤੋਂ ਮੇਰਾ ਹਾਸਾ ਨਜ਼ਰ ਹੋਇਆ।
ਉਹਨੇ ਮੈਨੂੰ ਤਰਕ ਮਾਰਨ ਵਾਲਿਆਂ ਵਾਂਗ ਮੇਰਾ ਮੂੰਹ ਬੰਦ ਕਰ ਲਈ, ਪੈਂਦੀ ਸੱਟੇ ਪੁੱਛ ਲਿਆ, ਉਹਨੇ ਹਰਪਾਲ ਭਾਅ ਜੀ ਦਾ ਕੀ ਹਾਲ ਹੈ? ਤੇ ਮੇਰੇ ਮਨ ਤੇ ਇੰਨਾ ਬੁਰਾ ਅਸਰ ਹੋਇਆ ਕਿ ਮੈਂ ਫੰਕਸ਼ਨ ਵਿੱਚੇ ਛੱਡ ਕੇ ਆ ਗਈ, ਮੁੜ ਕਿਸੇ ਵੀ ਪਾਰਟੀ ਜਾਂ ਫੰਕਸ਼ਨ 'ਚ ਨਹੀਂ ਗਈ। ਜੇ ਮੇਰਾ ਘਰ ਵਾਲਾ ਕਮਲਾ, ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ, ਕਸੂਰ ਸਰਾਸਰ ਮੇਰੇ ਬਾਪ ਦਾ, ਮੇਰੀ ਮਾਂ ਦਾ, ਜਿਨ੍ਹਾਂ ਨੇ ਇੰਗਲੈਂਡ ਦੇ ਲਾਲਚ 'ਚ ਇੱਕ ਕਮਲੇ ਦੇ ਲੜ ਲਾਤੀ। ਇਹ ਦੁਨੀਆ ਤਾਂ ਐਸੀ ਚੰਦਰੀ ਹੈ, ਜੇ ਤੁਸੀਂ ਹੱਸੋ ਤਾਂ ਤੁਹਾਨੂੰ ਹੱਸਣ ਨਹੀਂ ਦਿੰਦੀ, ਜੇ ਤੁਸੀਂ ਰੋਵੋ ਤਾਂ ਤੁਹਾਨੂੰ ਰੋਣ ਨਹੀਂ ਦਿੰਦੀ, ਜੇ ਤੁਸੀਂ ਆਪਣੇ ਦੁੱਖ ਸੁੱਖ ਆਪਣੇ ਮਾਂ ਬਾਪ ਕੋਲ ਰੋਂਦੇ ਹੋ ਤਾਂ ਇੱਕੋ ਗੱਲ ਆਖ ਕੇ ਬਰੀ ਹੋ ਜਾਂਦੇ, ਤੇਰੀ ਕਿਸਮਤ ਧੀਏ, ਤੇਰੇ ਲੇਖ ਧੀਏ, ਜਾਂ ਤੇਰੇ ਸੰਯੋਗ ਧੀਏ। ਵਸਣਾ ਬੰਦੇ ਨੇ ਆਪਣੀ ਕਮਿਊਨਿਟੀ 'ਚ ਹੀ ਹੁੰਦਾ, ਤਲਾਕ ਲੈ ਕੇ ਕਿਸੇ ਪਰਲੋਕ ਨਹੀਂ ਜਾ ਵਸਣਾ ਹੁੰਦਾ, ਅਤੇ ਸਮਾਜ ਤੁਹਾਨੂੰ ਨਾ ਜਿਉਂਦਿਆਂ 'ਚ ਛੱਡਦਾ ਅਤੇ ਨਾ ਮਰਿਆਂ 'ਚ। ਜੇ ਤਲਾਕ ਲੈਣਾ ਹੀ ਹੈ ਤਾਂ ਸੋਚ ਕੇ ਲਈ। ਜੀਤੀ ਸੁੰਨ ਹੋਈ ਪਈ ਸੀ। ਜਦੋਂ ਆਪਣੀ ਔਰਤ 'ਤੇ ਤਲਾਕ ਦਾ ਲੈਵਲ ਲੱਗ ਜਾਂਦਾ ਤਾਂ ਸੜੀਆਂ ਵੀ ਆ ਗੰਦ ਔਰਤਾਂ ਵੀ ਤੁਹਾਨੂੰ ਗਈਆਂ ਗੁਜਰੀਆਂ ਸਮਝਦੀਆਂ, ਅਤੇ ਉਹਨਾਂ ਦੀ ਇੱਕ ਦੂਜੇ ਦੇ ਕੰਨ ਵਿੱਚ ਕੀਤੀ ਕੰਨਾਫੂਸੀ ਅਤੇ ਕਈਆਂ ਗੱਲਾਂ ਦਾ ਤੁਹਾਨੂੰ ਚਾਹੇ ਪਤਾ ਨਹੀਂ ਲੱਗਦਾ ਬਈ ਕੀ ਕਰਦੀਆਂ, ਪਰ ਤੁਹਾਨੂੰ ਮਹਿਸੂਸ ਹੁੰਦਾ ਕਿ ਮੇਰੇ ਤਲਾਕ ਬਾਰੇ ਗੱਲਾਂ ਕਰਦੀਆਂ ਹੋਣਗੀਆਂ। ਉਹਨਾਂ ਦੇ ਤੁਹਾਨੂੰ ਦੇਖ ਕੇ ਕੱਢੇ ਦੰਦ, ਉਹਨਾਂ ਦੀ ਕੀਤੀ ਬੇਹੂਦਾ ਐਕਟਿੰਗ ਹਰ ਪਲ ਤੁਹਾਡੇ ਸੀਨੇ ਬਰਸ਼ੀ ਬਣ ਬਣ ਵੱਜਦੀ ਹੈ। ਗੱਲ ਗੱਲ 'ਤੇ ਉਹ ਬਿਨਾਂ ਗੱਲੋਂ ਤੁਹਾਡੇ ਸਾਹਮਣੇ ਹੀਰੋ ਬਣ ਬਣ ਖੜਦੀਆਂ ਅਤੇ ਤੁਹਾਨੂੰ ਇਹੀ ਅਹਿਸਾਸ ਕਰਾਉਂਦੀਆਂ ਕਿ ਤੈਨੂੰ ਤਾਂ ਪਤਾ ਹੀ ਕੱਖ ਨਹੀਂ, ਤੂੰ ਤਾਂ ਛੱਡੀ ਛਡਾਈ ਹੈ ਅਤੇ ਸੁਹਾਗਣ ਤੀਵੀ ਮੈਂ ਹਾਂ, ਤੂੰ ਤਾਂ ਸਮਾਜ ਵੱਲੋਂ ਦਰਕਾਰੀ ਔਰਤ ਹੈ, ਤੂੰ ਤਾਂ ਕਬੀਲੇ 'ਚੋਂ ਛੇਕੀ ਹੋਈ ਹੈ, ਸਮਾਜ ਅਤੇ ਭਾਈਚਾਰੇ ਦੀਆਂ ਅਸਲ ਪਟਰਾਣੀਆਂ ਤਾਂ ਅਸੀਂ ਹਾਂ। ਉਹ ਗੱਲਾਂ ਤੁਹਾਨੂੰ ਰੋਜ਼ਾਨਾ ਮਾਨਸਿਕ ਤੌਰ 'ਤੇ ਕਤਲ ਕਰਦੀਆਂ ਅਤੇ ਤੁਸੀਂ ਕਿਣਕਾਂ ਕਿਣਕਾਂ ਹੋ ਕੇ ਮਰਦੀਆਂ ਰਹਿੰਦੀਆਂ ਅਤੇ ਸਮਾਜ ਤੁਹਾਡੇ 'ਤੇ ਟਾਰਾਂ ਮਾਰ ਮਾਰ ਹੱਸਦਾ ਰਹਿੰਦਾ, ਪੈਰ ਪੈਰ 'ਤੇ ਬੋਲ ਲੜਕਾਉਂਦਾ। ਅਤੇ ਜਦ ਤੁਸੀਂ ਇੱਕ ਦਿਨ ਸੱਚੀ ਮਰ ਜਾਂਦੇ ਹੋ ਤਾਂ ਇੱਕੋ ਗੱਲ ਨਾਲ ਅਫਸੋਸ ਕਰਕੇ ਸਾਰ ਦਿੰਦੇ ਆ, ਜ਼ਿੰਦਗੀ 'ਚ ਕਸ਼ਟ ਤਾਂ ਬੜਾ ਕੱਟਿਆ ਵਿਚਾਰੀ ਨੇ, ਇੰਨਾ ਆ ਕੇ ਸੁਰਖਰੂ ਹੋ ਕੇ ਘਰਾਂ ਨੂੰ ਚਲੇ ਜਾਂਦੇ ਆ। ਇਹ ਤਾਂ ਮੈਂ ਆਪਣੀ ਦੁਨੀਆ ਦੀ ਫਿਤਰਤ ਦਿਖਾਈ ਆ ਭੈਣ ਮੇਰੀਏ, ਆਪਣੇ ਸਮਾਜ ਦੀ ਤੀਰੀ ਅੱਖ ਹੈ ਜਿੱਤੀ, ਇਹ ਦੇਖਦੇ ਕਿਤੇ ਹੋਰ ਲੱਗਦੇ ਆ ਅਤੇ ਝਾਕਦੇ ਕਿਸੇ ਹੋਰ ਪਾਸੇ ਆ। ਅਤੇ ਅਗਲੀ ਇੱਕ ਗੱਲ ਹੋਰ ਆ, ਆਪਣੇ ਸਮਾਜ ਦੇ ਜਿਹੜੇ ਮਰਦ ਹੈ ਨਾ, ਛੱਡੀ ਛਡਾਈ ਔਰਤ ਨੂੰ ਵੈਸੇ ਵੀ ਚਾਲੂ ਜੀ ਤੀਵੀਂ ਸਮਝਣ ਲੱਗ ਜਾਂਦੇ ਆ, ਅਤੇ ਸਲੇ ਗਲੇ ਬੰਦੇ ਤੁਹਾਡੇ ਨਾਲ ਹਮਦਰਦੀ ਕਰਨ ਦੀ ਆੜ 'ਚ ਬੜੇ ਡੋਰੇ ਪਾਉਂਦੇ ਨੇ ਤੁਹਾਡੇ 'ਤੇ, ਅਤੇ ਲਾਲਾਂ ਬਿਨਾਂ ਗੱਲੋਂ ਤੁਹਾਡੇ 'ਤੇ ਸਿੱਟਦੇ ਆ, ਅੱਗੇ ਪਿੱਛੇ ਘੁੰਮਦੇ ਤੁਹਾਡਾ ਜਿਉਣਾ ਦੁੱਬਰ ਕਰੀ ਰੱਖਦੇ ਆ। ਅਗਲੇ ਸੋਚਦੇ ਆ ਵੀ ਜਿਹੜੀ ਅਗਲੇ ਨੇ ਛੱਡੀ ਆ ਬਦਕਾਰ ਹੀ ਹੋਊ, ਅਗਲੇ ਸੋਚਦੇ ਆ ਇਹ 'ਤੇ ਮਾਰੋ ਹੱਥ, ਇਹ ਬਦਕਾਰੀ ਅਤੇ ਬਦਨਾਮੀ ਦੀ ਪੰਡ ਤੁਹਾਡੇ ਸਿਰ 'ਤੇ ਇਹੋ ਜਿਹੀ ਟਿਕਦੀ ਹੈ, ਤੁਸੀਂ ਚਾਹੁੰਦੇ ਹੋਏ ਵੀ ਇਹਨੂੰ ਚਲਾ ਕੇ ਨਹੀਂ ਸੁੱਟ ਸਕਦੇ, ਤੁਹਾਡੀਆਂ ਝੱਲੀਆਂ ਮੁਸੀਬਤਾਂ ਦਾ ਸਹੇ ਤਸੀਹਿਆਂ ਦਾ ਇਹਨਾਂ ਨੂੰ ਕੋਈ ਦਰਦ ਜਾਂ ਅਹਿਸਾਸ ਨਹੀਂ ਹੁੰਦਾ, ਬਸ ਆਪਣਾ ਉੱਲੂ ਸਿੱਧਾ ਕਰਨ ਲਈ ਤੁਹਾਡੇ ਨਾਲ ਬਥੇਰੀ ਫੋਕੀ ਹਮਦਰਦੀ ਜਿਤਾਉਂਦੇ ਆ। ਜੇ ਤਾਂ ਤੁਸੀਂ ਇਹਨਾਂ ਦੀ ਲੱਤੇ ਉਠਾ ਗਏ ਤਾਂ ਤੁਹਾਨੂੰ ਟਿਕਾ ਕੇ ਵਰਤਦੇ ਆ, ਅਤੇ ਜੇ ਤੁਸੀਂ ਆਪਣੀ ਅਣਖੇ ਜਿੱਤ ਕਰਕੇ ਉਹਨਾਂ ਦੇ ਹੱਥ ਨਹੀਂ ਆਉਂਦੇ ਤਾਂ ਤੁਹਾਡੀ ਨਿਖੇਧੀ ਕਰਨ ਲਈ ਤੁਹਾਡੀ ਬਦਕੋਹੀ ਕਰਨ ਵਾਲਿਆਂ ਵਿੱਚ ਸ਼ਾਮਿਲ ਹੋ ਤੁਰਦੇ ਆ। ਤੁਹਾਡੀ ਬਦਨਾਮੀ ਦਾ ਝੰਡਾ ਇਹਨਾਂ ਨੇ ਸਭ ਤੋਂ ਉੱਚਾ ਕਰਕੇ ਫੜਿਆ ਹੁੰਦਾ। ਅੱਗੇ ਤੂੰ ਆਪ ਸੋਚ ਕੇ ਤੁਰੀ, ਸੱਚੀਆਂ ਸੁੱਚੀਆਂ ਅਤੇ ਖਰੀਆਂ ਖੋਟੀਆਂ ਸੁਣਾ ਕੇ ਹਰਪਾਲ ਆਪਣੇ ਵੱਲੋਂ ਸੁਰਖਰੂ ਹੋ ਗਈ। ਜੀਤੀ ਨੂੰ ਹਰਪਾਲ ਇੱਕ ਤੁਰਿਆ ਫਿਰਦਾ ਇਤਿਹਾਸ ਲੱਗੀ, ਚਾਹੇ ਉਹ ਉਹਦੀਆਂ ਬਹੁਤੀਆਂ ਗੱਲਾਂ ਨਾਲ ਸਹਿਮਤ ਨਹੀਂ ਸੀ, ਪਰ ਉਹਦੀ ਦਲੀਲ ਕਿਸੇ ਪੱਖ ਤੋਂ ਠਕਰਾਈ ਵੀ ਨਹੀਂ ਜਾ ਸਕਦੀ ਸੀ।